ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਗੱਲ ਕਰਨ ਲੱਗੇ ਆਂ ਗੱਡੀ ਦੇ ਟਾਇਰਾਂ ਦੇ ਬਾਰੇ ਦੇ ਵਿੱਚ ਅਕਸਰ ਹੀ ਆਪਾਂ ਜਦੋਂ ਟਾਇਰ ਪਰੋਨੇ ਹੁੰਦੇ ਆ ਤੇ ਆਪਾਂ ਉਹਦੋਂ ਕਹਿੰਦੇ ਯਾਰ ਆਪਣੀ ਗੱਡੀ ਤੇ 14 ਨੰਬਰ ਟਾਇਰ ਆ ਜਾਂ 15 ਨੰਬਰ ਟਾਇਰ ਆ ਜਾਂ ਇਸ ਤੋਂ ਅੱਗੇ ਕੁਝ ਵਿਅਕਤੀ ਜਿਹੜੀ ਜਿਆਦਾ ਜਾਣਕਾਰੀ ਰੱਖਦੇ ਉਹ ਪੂਰਾ ਨਾਮ ਲੈ ਦਿੰਦੇ ਆ ਜਿਵੇਂ ਇਹਦੇ ਵਿੱਚ ਵੀ 195 ਨੰਬਰ 185 165 ਜਾਂ 75 ਮੇਰੇ ਵੀ ਗੱਡੀ ਦੇ ਟਾਇਰ ਕਸੇ ਹੋਏ ਸੀ ਤੇ ਮੈਂ ਵੀ ਟਾਇਰ ਚੇਂਜ ਕਰਾਏ ਆ ਟਾਇਰ ਚੇਂਜ ਕਰਾਉਣ ਤੋਂ ਬਾਅਦ ਮੈਂ ਨਾ ਇਹਦੇ ਤੇ ਜਿਹੜੇ ਨੰਬਰ ਸੀ ਕੁਝ ਦੁਕਾਨਦਾਰਾਂ ਨੂੰ ਪੁੱਛਿਆ ਉਹਨਾਂ ਨੇ ਵੀ ਮੋਟਾ-ਮੋਟਾ ਜਿਹਾ ਦੱਸਿਆ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਅਸਲ ਦੇ ਵਿੱਚ ਨਾ ਇਹਦੇ ਵਿੱਚ ਇੱਕ ਛੋਟੇ ਟਾਇਰ ਦੇ ਵਿੱਚ ਬੜਾ ਕੁਝ ਛਿਪਿਆ ਹੋਇਆ ਜੀ ਹੋ ਸਕਦਾ ਤੁਹਾਨੂੰ ਇਹਦੇ ਬਾਰੇ ਪਹਿਲਾਂ ਪਤਾ ਹੋਵੇ ਜੇ ਨਹੀਂ ਪਤਾ ਤਾਂ ਵੀਡੀਓ ਪੂਰੀ ਵੇਖਿਓ ਸ਼ੇਅਰ ਵੀ ਲਾਜ਼ਮੀ ਕਰਿਓ ਜੀ ਜੇ ਆਪਾਂ ਗੱਲ ਕਰਦੇ ਨਾ ਇਹਦੀ ਗੱਡੀ ਤੋਂ ਲੈ ਕੇ ਜੇ ਟਾਇਰ ਦੀ ਗੱਡੀ ਹੁੰਦੀ ਆ ਉਹਦੇ ਤੋਂ ਲੈ ਕੇ ਇਹਦੇ ਵਿੱਚ ਕਾਫੀ ਕੋਡ ਦਿੱਤੇ ਹੁੰਦੇ ਆ ਜੀ ਬਹੁਤ ਜ਼ਿਆਦਾ ਕੋਡ ਹੁੰਦੇ ਆ ਅੱਪਾ ਉਹਦੇ ਬਾਰੇ ਜਾਣਕਾਰੀ ਲਾਵਾਂਗੇ ਜੀ ਅੱਜ ਆਪ ਸਿਰਫ ਜਿਵੇਂ ਗੱਲ ਕੀਤੀ ਕਿ ਦੋ ਤਿੰਨ ਚੀਜ਼ਾਂ ਤੇ ਸੀਮਿਤ ਰਹਿ ਜਾਂਦੇ ਆ ਵੀ ਕੰਪਨੀ ਕਿਹੜੀ ਦੇ ਪੌਣੇ ਆ ਤੇ ਕਿੰਨੇ ਨੰਬਰ ਪੌਣੇ ਆ ਤੇ ਹਾਲਾਂਕਿ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਦੇਵਾਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਇੱਥੇ ਨਾ ਇਹ ਟੱਕ ਦਿੱਤੇ ਹੁੰਦੇ ਆ ਛੋਟੇ ਛੋਟੇ ਤੁਸੀਂ ਦੇਖ ਸਕਦੇ ਹੋ ਆਹ ਵਾਲੇ ਹਰ ਗੱਡੀ ਦੇ ਟਾਇਰ ਦੇ ਵਿੱਚ ਇਹ ਟੱਕ ਹੋਣਗੇ ਕਿਸੇ ਵੀ ਕੰਪਨੀ ਦਾ ਹੋਵੇ ਇਹਦਾ ਨਾਂ ਹੁੰਦਾ ਜੀ ਟ੍ਰੈਡ ਵੀਅਰ ਇੰਡੀਕੇਟਰ ਜੈਨਕਿ ਆਹ ਵਾਲੀ ਜੋ ਰਬੜ ਘਸ ਕੇ ਇਸ ਚੀਜ਼ ਨੂੰ ਟੱਚ ਕਰਨ ਲੱਗ ਪਈ ਜੈਨਕਿ ਇਹ ਚੀਜ਼ ਜਦੋਂ ਘਸਣ ਲੱਗ ਪਈ ਉਸ ਤੋਂ ਬਾਅਦ ਤੁਸੀਂ ਇਹ ਸਮਝ ਲੈਣਾ ਵੀ ਤੁਸੀਂ ਹੁਣ ਖਤਰੇ 'ਚ ਆ ਜੋ ਟਾਇਰ ਆ ਉਹ ਤੁਹਾਨੂੰ ਚੇਂਜ ਕਰਵਾ ਦੇਣੇ ਚਾਹੀਦੇ ਆ ਜੀ ਇਹਦੀ ਇੱਕ ਨਿਸ਼ਾਨੀ ਹੁੰਦੀ ਹੈ ਇਹ ਕਾਫੀ ਲੋਕਾਂ ਨੂੰ ਪਤਾ ਹੈ ਇਹਦੇ ਬਾਰੇ ਜਿਹੜਾ ਟੱਕ ਹੁੰਦਾ ਇਹ 1.68 mm ਦਾ ਹੁੰਦਾ ਤੇ ਹਰ ਗੱਡੀ ਦੇ ਟਾਇਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਇਹ ਟੱਕ ਹੁੰਦਾ ਜੀ ਇਹ ਨਿਸ਼ਾਨੀ ਹੁੰਦੀ ਆ ਟਾਇਰ ਦੀ ਵੀ ਇੰਨਾ ਟਾਇਰ ਤੁਹਾਡਾ ਜਦੋਂ ਉਸ ਨੂੰ ਟੱਚ ਕਰਨ ਲੱਗ ਪਏ ਤਾਂ ਤੁਹਾਨੂੰ ਟਾਇਰ ਬਦਲਨੇ ਪੈਣਗੇ ਯਾਨੀ ਕਿ ਉਸ ਤੋਂ ਬਾਅਦ ਤੁਸੀਂ ਖਤਰੇ 'ਚ ਤੇ ਜੇਕਰ ਆਪਾਂ ਇਹ ਨਹੀਂ ਬਦਲਦੇ ਬਾਈ ਚਾਂਸ ਪਾਲਸ ਵਾਲੇ ਚੈੱਕ ਕਰਦੇ ਆ ਤੇ ਆਪਣਾ ਇਸ ਤੇ ਚਲਾਨ ਵੀ ਕਟਿਆ ਜਾਂਦਾ ਲੀਗਲ ਲਿਮਟ ਵੀ ਇਹਦੀ ਲਾਸਟ ਆ ਜੀ ਇਸ ਤੋਂ ਅੱਗੇ ਆਪਾਂ ਗੱਡੀ ਨਹੀਂ ਚਲਾਉਣੀ ਉਸ ਤੋਂ ਬਾਅਦ ਖਤਰੇ 'ਚ ਹੁੰਨੇ ਆ ਜੀ ਇਸ ਤੋਂ ਇਲਾਵਾ ਹੁਣ ਆਪਾਂ ਜੇ ਗੱਲ ਕਰਦੇ ਟਾਇਰਾਂ ਦੇ ਨੰਬਰਾਂ ਦੀ ਪੂਰੀ ਡਿਟੇਲ ਦੇ ਨਾਲ ਆਪਾਂ ਵੀਡੀਓ ਬਣਾਉਣ ਲੱਗੇ ਆ ਜਿਵੇਂ ਹੁਣ ਮੈਂ ਜਿਹੜੇ ਟਾਇਰ ਪਾਏ ਆ ਜੀ ਉਹ ਹੈਗੇ ਆ 185 65R1588H ਠੀਕ ਹੈ ਜੀ ਜਿਹੜੇ ਮੇਰਾ ਪਹਿਲਾ ਟਾਇਰ ਸੀਗੇ ਉਹ ਤੁਸੀਂ ਇੱਥੇ ਵੇਖ ਸਕਦੇ ਹੋ ਇਹ ਸੀਗਾ ਜੀ 19560R1588V ਜਿਹੜੇ ਹੁਣ ਆਲੇ ਉਹ 88H ਆ ਇਹ V ਆ ਇਹ ਪੂਰਾ ਕੋਡ ਆ ਜੀ ਇਸ ਤੋਂ ਇਲਾਵਾ ਇੱਥੇ ਤੁਸੀਂ ਦੇਖੋ ਲਿਖਿਆ ਗਿਆ ਕਿ ਟ੍ਰੈਡ ਵੇਅਰ 340 ਟ੍ਰੈਕਸ਼ਨ A ਟੈਂਪਰੇਚਰ A ਇਹ ਦੇਖੋ ਨਾ ਕਿੰਨੇ ਕੋੜ ਆ ਹੋ ਸਕਦਾ ਤੁਹਾਨੂੰ ਇਹਦੇ ਬਾਰੇ ਪਤਾ ਹੋਵੇ ਜਾਂ ਨਹੀਂ ਪਤਾ ਤੇ ਅੱਜ ਲਾਜ਼ਮੀ ਪਤਾ ਲੱਗ ਜੂਗਾ ਵੀਡੀਓ ਤੁਸੀਂ ਸ਼ੇਅਰ ਲਾਜ਼ਮੀ ਕਰਿਓ ਜੀ ਜਿਹੜੇ ਮੇਰੇ ਕੋਲੇ ਪਹਿਲਾਂ ਸੀ 195 ਨੰਬਰ ਟਾਇਰ ਉਹ ਆ ਸੀ ਆ 185 ਆ ਹੁਣ ਤੁਸੀਂ ਵੇਖ ਰਹੇ ਹੋ ਕਿ ਆਹ ਵਾਲਾ ਟਾਇਰ ਘੱਟ ਚੌੜਾ ਆਹ ਵਾਲਾ ਜ਼ਿਆਦਾ ਚੌੜਾ ਲੇਕਿਨ ਗੱਲ ਇਹ ਆ ਵੀ ਜ਼ਿਆਦਾ ਇੰਨਾ ਪਤਾ ਨਹੀਂ ਲੱਗਦਾ ਕਿਉਂਕਿ ਜਿੰਨਾ ਜਿੰਨਾ ਨੰਬਰ ਘਟਦਾ ਜਾਊਗਾ ਉਹਦੀ ਜੋ ਟਾਇਰ ਦੀ ਚੜਾਈ ਆ ਉਹ ਘਟਦੀ ਜਾਵੇਗੀ ਫੀਤਾ ਨਾ ਮੈਂ ਉਹਦੇ ਤੇ ਇੱਥੇ ਨਿਸ਼ਾਨੀ ਲਾ ਲਈ ਆ ਦੇਖੋ ਤੁਸੀਂ 195 mm ਤੇ 195 mm ਜਦੋਂ ਆਪਾਂ ਇਹਨੂੰ ਇੱਥੋਂ ਲੈ ਕੇ ਆ ਤੁਸੀਂ ਦੇਖਿਓ ਇੱਥੋਂ ਲੈ ਕੇ ਇੱਥੋਂ ਤੱਕ ਮਿਨਿਆ ਜਿੰਨਾ ਜਾਨੀ ਕਿ ਰੋਡ ਦੇ ਉੱਪਰ ਪੂਰੇ ਭਾਰ ਪਏ ਤੋਂ ਇਹ ਲੱਗਦਾ ਤੇ ਆ ਤੁਸੀਂ ਵੇਖ ਸਕਦੇ ਹੋ ਕਿ ਇੱਥੋਂ ਤੱਕ ਇਹ 195 mm ਦਾ ਜਿਹੜਾ ਸਾਈਜ਼ ਆ ਤੋਂ ਬਾਅਦ ਲਿਖਿਆ ਜੀ 60 60 ਇਹਦੀ ਹੁੰਦੀ ਹੈ ਉਚਾਈ ਜਿਵੇਂ ਤੁਸੀਂ ਦੇਖੋਗੇ ਇਹਦੀ ਹੈਗੀ ਆ 65 ਜਾਨੀ ਕਿ ਇਹ ਵਾਲਾ ਜੋ ਟਾਇਰ ਆ ਇਹਦ ਨਾਲ ਉੱਚਾ ਤੇ ਆਹ ਵਾਲਾ ਜਿਹੜਾ 60 ਆ ਇਹ ਥੋੜਾ ਘਟਾ ਇਹਨੂੰ ਨਾ ਆਪਾਂ ਇਹ ਕਰਾਂਗੇ ਜਿਵੇਂ ਕਿ ਆਹ ਵਾਲਾ ਟਾਇਰ ਆ 195 195 ਗੁਣਾ 60 ਇਹਦਾ ਆ ਗਿਆ ਜੀ ਅਨਸਰ 11000 700 ਇਹਨੂੰ ਹੁਣ ਆਪਾਂ ਤਕਸੀਮ ਕਰ ਦੇਣਾ 100 ਤੇ 117 ਯਾਨੀ ਕਿ ਜਿਹੜਾ ਇਹਦਾ ਆਹ ਵਾਲਾ ਹੈਗਾ ਇਹਦਾ ਉਚਾਈ ਆ ਸਟੈਰ ਦੀ ਉਹ 117 ਐਮ ਐਮ ਆ 195 60 ਯਾਨੀ ਇਹ ਜਿਹੜਾ 195 ਦਾ ਹੈ ਹੁੰਦਾ 60% ਤੇ ਜੇ ਇਹ ਇੱਥੇ ਲਿਖਿਆ ਹੋਇਆ 70 195 ਦਾ ਉਹ ਹੋ ਜੂਗਾ 70 ਪਰ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਜਿਵੇਂ ਆਹ ਵਾਲਾ ਇਹਦਾ ਹੈਡ ਵੱਧ ਜਾਂਦਾ ਓਵੇਂ ਓਵੇਂ ਆਹ ਵਾਲੀ ਚੀਜ਼ ਘਟ ਜਾਂਦੀ ਹੈ ਜਿਵੇਂ ਹੁਣ ਜਦੋਂ ਆਪਾਂ ਲੋ ਪ੍ਰੋਫਾਈਲ ਟਾਇਰ ਕਹਿੰਦੇ ਨੇ ਉਹ ਜਦੋਂ 250 ਤੋਂ ਉੱਪਰ ਜਾਂਦੇ ਆ ਉਦੋਂ ਆਹ ਚੀਜ਼ 40 ਕਿ ਰਹਿ ਜੂਗੀ ਯਾਨੀ ਕਿ 200 ਸਵਾ 200 ਜੇ ਇਹਦਾ ਹੈਡ ਹੋਇਆ ਤੇ ਉਹਦਾ ਜਿਹੜਾ 40% ਰਹਿ ਜੂਗਾ ਤੇ ਉਹਨੂੰ ਆਪਾਂ ਲੋ ਪ੍ਰੋਫਾਈਲ ਦੇ ਵਿੱਚ ਗਿਣਾਂਗੇ ਜੀ ਤੇ ਇਹਦੇ ਲਈ ਜਿਵੇਂ ਹੁਣ ਇਹ ਮੈਂ ਤੁਹਾਨੂੰ ਪਹਿਲਾ ਫਾਰਮੂਲਾ ਦਿਖਾ ਦਿੰਦਾ ਹਨਾ ਕਿ ਕਿਸ ਤਰ੍ਹਾਂ ਫਾਰਮੂਲਾ ਦੇ ਫਾਰਮੂਲੇ ਦੇ ਵਿੱਚ ਆਇਆ 117 mm ਯਾਨੀ ਕਿ ਇਹ ਵਾਲਾ ਇੱਥੋਂ ਆਪਾਂ ਲਵਾਂਗੇ ਇਹ ਇਸ ਜਗ੍ਹਾ ਤੋਂ ਠੀਕ ਆ ਜੀ ਇੱਥੋਂ ਲੈ ਕੇ ਆ ਦੇਖੋ ਜੀ ਇਹਦੇ ਹੈੱਡ ਤੱਕ ਕਿਉਂਕਿ ਟਾਇਰ ਘਸਿਆ ਹੋਇਆ ਕਰਕੇ ਇੱਥੋਂ ਤੱਕ ਇਹ ਆਇਆ 117 ਤੇ ਮੈਂ ਨਿਸ਼ਾਨੀ ਲਾਈ ਸੀ 117 ਆਇਆ ਇਸ ਤਰ੍ਹਾਂ ਨਿਕਲਦਾ ਏ ਤੇ ਜਿਹੜਾ ਇਹ 65 ਆ ਜਿਵੇਂ 150 85 65 ਇਹਨੂੰ ਹੁਣ ਆਪਾਂ ਇੱਥੇ ਕੈਲਕੂਲੇਸ਼ਨ ਕਰਦੇ ਆਂ ਇਹਦਾ ਫਾਰਮੂਲਾ ਇਹ ਹੀ ਹੁੰਦਾ 185 ਗੁਣਾ 65 ਤਕਸੀਮ 100 ਇਹ ਆ ਜੀ 100 ਤੇ 20 mm ਜਿਵੇਂ ਹੁਣ ਆਪਾਂ ਦੋਨੋਂ ਇਹ ਦੇਖਿਆ ਨਾ ਟਾਇਰ ਇੱਕ ਬਣਿਆ 117 mm ਤੇ ਇੱਕ ਸੀਗਾ 120 mm ਜਦੋਂ ਆਪਾਂ ਟਾਇਰ ਪਾਉਣੇ ਆ ਤੇ ਆਪਾਂ ਨੂੰ ਕਹਿ ਦਿੰਦੇ ਆ ਦੁਕਾਨਦਾਰ ਬਈ ਇਹਦੇ ਨਾਲ ਨਾ ਤੁਹਾਡੀ ਗੱਡੀ ਹੋਰ ਉੱਚੀ ਹੋ ਜੂਗੀ ਤੇ ਆਪਾਂ ਕਹਿੰਦੇ ਨੇ ਹਾਂ ਯਾਰ ਵੀ ਇੱਕ ਟਾਇਰ ਲੈਂਦਾ ਵੱਡਾ ਹਾਲਾਂਕਿ 3mm ਦਾ ਫਰਕਤ ਜਿਹੜਾ 3mm ਹੁੰਦਾ ਉਹ ਇੰਨਾ ਕੁ ਮੋਟਾ ਹੁੰਦਾ ਇੱਕ ਸੂਤ ਮੋਟਾ ਇਸ ਤੋਂ ਅਗਲਾ ਨੰਬਰ ਹੈਗਾ ਜੀ R R ਦਾ ਮਤਲਬ ਹੋਏਗਾ ਕਿ ਇਹ ਰੇਡੀਅਲ ਟਾਇਰ ਕਿਉਂਕਿ ਅੱਜਕੱਲ ਜ਼ਿਆਦਾ ਗੱਡੀਆਂ ਨੂੰ ਤਕਰੀਬਨ ਤਕਰੀਬਨ ਕਹਿ ਸਕਦੇ ਆਂ ਵੀ ਰੇਡੀਅਲ ਹੀ ਟਾਇਰ ਪਾਈ ਜਾਂਦੇ ਇਥੇ ਨਾਲ ਲਿਖਿਆ ਹੋਇਆ ਜੀ ਸਟੀਲ ਬੈਲਟਡ ਰੇਡੀਅਲ ਟਿਊਬਲੈਸ ਟਾਇਰ ਯਾਨੀ ਕਿ ਇਹਦੇ ਵਿੱਚ ਨਾ ਬੈਲਟਾਂ ਪਾਈਆਂ ਹੁੰਦੀਆਂ ਸਟੀਲ ਦੀਆਂ ਬਹੁਤ ਬਰੀਕ ਤਾਰਾਂ ਜਿਹੜਾ ਇਹਦਾ ਟਾਇਰ ਹੁੰਦਾ ਤੇ ਰੇਡੀਅਲ ਇਹ ਹੈਗਾ ਕਿਸੇ ਟਾਇਰ ਦੇ ਵਿੱਚ B ਹੁੰਦਾ ਕਿਸੇ ਦੇ ਵਿੱਚ D ਹੁੰਦਾ ਜੀ ਤੇ ਜੇ ਕਈਆਂ ਦੇ ਵਿੱਚ ਨਹੀਂ ਹੁੰਦਾ ਗੱਡੀਆਂ ਦੇ ਜ਼ਿਆਦਾ ਟਾਇਰਾਂ ਦੇ ਵਿੱਚ R ਹੀ ਤੁਹਾਨੂੰ ਲਿਖਿਆ ਮਿਲੇਗਾ ਜੀ ਉਸ ਤੋਂ ਬਾਅਦ ਆ ਜੀ 15 ਜਿਹੜਾ ਤੇ so. 15 ਲਿਖਿਆ ਹੁੰਦਾ ਉਹ ਤੁਸੀਂ ਵੇਖ ਸਕਦੇ ਹੋ ਕਿ 15 ਇੰਚਾਂ ਦੇ ਵਿੱਚ ਇਹ ਆਉਂਦਾ ਜਿਹੜਾ ਇਹਦਾ ਰਿੰਗ ਦਾ ਸਹਿਜ ਉਹ 15 ਹੁੰਦਾ ਜਿਹੜਾ ਇਹਦਾ 88 ਆ ਇਹ ਲੋਡ ਦੀ ਕੈਪੈਸਿਟੀ ਦਾ ਕੋਡ ਦਰਸਾਉਂਦਾ ਕਈਆਂ ਦੇ ਉੱਪਰ ਇਹ 90 ਹੁੰਦਾ ਕਈਆਂ ਦੇ ਉੱਪਰ ਇਹ ਮਤਲਬ ਕਿ 88 ਹੋਊਗਾ ਜਾਂ ਕੁਝ ਵੀ ਹੋ ਸਕੂਗਾ ਇਹ ਅਸਲ ਦੇ ਵਿੱਚ ਨਾ 68 ਤੋਂ 60 ਤੋਂ ਸ਼ੁਰੂ ਹੋ ਜਾਂਦੇ ਆ ਤੇ ਇਹ 138 ਤੱਕ ਹੁੰਦੇ ਆ ਜੀ ਜਾਨੀ ਆਪਾਂ ਇਹਦੇ ਤੇ ਲੋਡ ਕਿੰਨਾ ਪਾ ਸਕਦੇ ਆ ਉਹ ਇਹ ਦਰਸਾਉਂਦਾ ਜਿਹੜੇ ਇਹ ਕੋਡ ਦੀ ਲਿਸਟ ਆ ਮੈਂ ਪੂਰੀ ਇਹਦੇ ਵਿੱਚ ਲਗਾ ਦਿੱਤੀ ਆ ਜਿਵੇਂ ਇਹ ਇਹ ਸੀਗਾ 88 88 ਦਾ ਜਿਹੜਾ ਮੈਕਸੀਮਮ ਲੋਡ ਆ ਉਹ ਇਹਦੇ ਤੇ ਤੁਸੀਂ 560 ਕਿਲੋ ਪਾ ਸਕਦੇ ਆ ਜੇ ਤੁਹਾਡੇ ਟਾਇਰ ਦੇ ਉੱਪਰ ਇੱਥੇ 77 ਲਿਖਿਆ ਹੋਇਆ ਉਹਦੇ ਤੇ ਤੁਸੀਂ 437 ਕਿਲੋ ਪਾ ਸਕਦੇ ਆ ਬਾਕੀ ਜਿਹੜਾ ਵੀ ਤੁਹਾਡੇ ਤੇ ਕੋਡ ਹੈਗਾ ਟਾਇਰ ਦੇ ਉੱਪਰ ਤੁਸੀਂ ਲਿਸਟ ਵੇਖ ਕੇ ਤੇ ਇਹਦੇ ਨਾਲ ਤੁਸੀਂ ਕੰਪੇਅਰ ਕਰ ਸਕਦੇ ਹੋ ਕਿ ਸਾਡਾ ਜੋ ਟਾਇਰ ਉਹ ਕਿੰਨਾ ਲੋਡ ਕਪੈਸਿਟੀ ਚੱਕ ਸਕਦਾ ਜੀ 560 ਕਿਲੋਗ੍ਰam ਜਾਂ ਇੱਥੇ ਪਾਉਂਡ ਦੇ ਵਿੱਚ ਅੱਗੇ ਦਰਸਾਇਆ ਗਿਆ ਜੀ 51p27 ਆਪਾਂ ਇਹਦੇ ਵਿੱਚ ਪ੍ਰੈਸ਼ਰ ਪਾ ਸਕਦੇ ਆ ਮੈਕਸਿਮਮ ਉਸ ਤੋਂ ਬਾਅਦ ਆ ਗਿਆ ਜੀ ਵੀ ਕੋਡ ਜਿਵੇਂ ਹੁਣ ਪਹਿਲਾ ਟਾਇਰ ਪਾਇਆ ਸੀ ਇਹਦੇ ਵਿੱਚ ਵੀ ਸੀਗਾ ਤੇ ਜਿਹੜਾ ਹੁਣ ਮੈਂ ਟਾਇਰ ਪਾਗਲੇ ਇਹਦੇ ਚਾ ਜੀ ਐਚ ਜਿਹੜਾ ਇਹ ਐਚ ਕੋਡ ਆ ਇਹਦਾ ਕੀ ਮਤਲਬ ਹੈ ਕਿ ਇਹਨੂੰ ਤੁਸੀਂ ਮੈਕਸਿਮਮ ਕਿੰਨੀ ਸਪੀਡ ਤੱਕ ਲਿਆ ਜਾ ਸਕਦੇ ਆ ਬਾਕੀ ਇਹਦੇ ਲਈ ਵੀ ਮੈਂ ਪੂਰਾ ਚਾਰਟ ਇੱਥੇ ਦੇ ਦਿੱਤਾ ਜੀ ਜਿਹੜਾ ਵੀ ਤੁਹਾਡੇ ਟਾਇਰ ਦੇ ਉੱਪਰ ਕੋਡ ਲਿਖਿਆ ਹੋਇਆ ਉਹਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਜੋ ਟਾਇਰ ਆ ਉਹ ਜਿਆਦਾ ਮੈਕਸਿਮਮ ਕਿੰਨੀ ਸਪੀਡ ਤੱਕ ਜਾ ਸਕਦਾ ਜਨਿ ਜਿਹੜਾ ਇਹ ਵਾਲਾ ਕੋਡ ਆ ਐਚ ਆ ਜਾਂ ਬੀ ਆ ਜਾਂ ਹੋਰ ਕੋਈ ਵੀ ਕੋਡ ਆ ਇਹਦੇ ਤੋਂ ਤੁਸੀਂ ਦੇਖ ਸਕਦੇ ਹੋ ਇਸ ਚਾਰਟ ਦੇ ਨਾਲ ਵੀਰ ਗਰੋਂ ਨੂੰ ਪੋਈ ਕਰਕੇ ਕਿ ਤੁਹਾਡੇ ਟਾਇਰ ਤੇ ਕਿਹੜਾ ਕੋਡ ਆ ਤੇ ਉਹਦੀ ਟੌਪ ਸਪੀਡ ਤੁਸੀਂ ਵੱਧ ਤੋਂ ਵੱਧ ਉਹਨੂੰ ਕਿੰਨੀ ਦੇ ਸਕਦੇ ਹੋ ਜੀ ਟਰੈਡ ਵੇਅਰ ਹੁੰਦਾ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਹਦੇ ਤੇ ਲਿਖਿਆ 340 ਕਿਸੇ ਤੇ 300 ਹੋ ਸਕਦਾ ਕਿਸੇ ਤੇ 100 ਹੋ ਸਕਦਾ ਜਿੰਨਾ ਇਹ ਟਰੈਡ ਵੇਅਰ ਘੱਟ ਹੋਊਗਾ ਉਨਾਂ ਜੋ ਤੁਹਾਡਾ ਟਾਇਰ ਆ ਜ਼ਿਆਦਾ ਘਸੇਗਾ 340 ਆ ਜਾਂ 300 ਆ ਜਾਂ 100 ਆ ਹਨਾ ਕਿਉਂਕਿ ਅਲੱਗ-ਅਲੱਗ ਟਾਇਰਾਂ ਦੀ ਰਬੜ ਦੇ ਹਿਸਾਬ ਦੇ ਨਾਲ ਇਹ ਟਰੈਡ ਵੇਅਰ ਦਾ ਜੋ ਕੋਡ ਆ ਸ਼ੋਅ ਕੀਤਾ ਜਾਂਦਾ ਮਤਲਬ ਕਿ ਤੁਸੀਂ ਆਪ ਦਾ ਜੋ ਤੁਹਾਡੇ ਗੱਡੀ ਦੇ ਉੱਪਰ ਟਾਇਰ ਆ ਉਹਦੇ ਨਾਲ ਤੁਸੀਂ ਇਹ ਮੈਚ ਕਰ ਸਕਦੇ ਹੋ ਕਿ ਇਹਦਾ ਜੋ ਤੁਹਾਡੇ ਟਾਇਰ ਦਾ ਟ੍ਰੈਡ ਵੇਅਰ ਕਿੰਨਾ ਉਸ ਤੋਂ ਬਾਅਦ ਨਾਲ ਲਿਖਿਆ ਜਾਂਦਾ ਵੀ ਮੰਨ ਕੇ ਚੱਲੋ ਵੀ ਇਹ ਟ੍ਰੈਡ ਵੇਅਰ ਦਾ 340 ਆ 60 ਜਾਂ 70000 ਕਿਲੋਮੀਟਰ ਚੱਲੇਗਾ ਇਹ ਚੀਜ਼ ਇਹ ਦਰਸਾਉਂਦੀ ਆ ਜੀ ਉਸ ਤੋਂ ਬਾਅਦ ਆਉਂਦੀ ਆ ਜੀ ਟ੍ਰੈਕਸ਼ਨ ਜਿਹੜਾ ਇਹ ਟ੍ਰੈਕਸ਼ਨ ਆ ਇਹਦੇ ਵਿੱਚ ਜਿਵੇਂ ਕਿ ਇਹ ਲਿਖਿਆ ਸੀਗਾ ਹਨਾ ਜੀ ਇਹਦੇ ਵਿੱਚ ਇੱਕ ਡਬਲ ਏ ਆਉਂਦਾ ਜੋ ਸਭ ਤੋਂ ਵਧੀਆ ਮੰਨਿਆ ਜਾਂਦਾ ਉਸ ਤੋਂ ਬਾਅਦ ਜਿਵੇਂ ਏ ਆ ਉਸ ਤੋਂ ਬਾਅਦ ਬੀ ਤੇ ਸੀ ਟਰੈਕਸ਼ਨ ਹੁੰਦਾ ਜਿਵੇਂ ਕਿ ਅੱਜ ਕੱਲ੍ਹ ਸੜਕਾਂ ਬਣੀਆਂ ਨਾ ਸੀਮੈਂਟ ਵਾਲੀਆਂ ਤੇ ਜਾਂ ਜਿਵੇਂ ਲੋਕਲੀ ਸੜਕ ਦੋ ਤਰ੍ਹਾਂ ਦੀ ਆਉਂਦੀ ਆ ਤੇ ਉਹਦੇ ਤੇ ਜੋ ਟਾਇਰ ਦੀ ਪਰਫਾਰਮੈਂਸ ਆ ਉਹ ਕਿਸ ਤਰ੍ਹਾਂ ਦੀ ਆਏ ਜੋ ਡਬਲ ਏ ਟਰੈਕਸ਼ਨ ਵਾਲਾ ਟਾਇਰ ਆ ਉਹ ਜਾਨੀ ਕਿ ਸਭ ਤੋਂ ਵਧੀਆ ਬਣਿਆ ਜਾਂਦਾ ਸੀ ਤੇ ਉਸ ਤੋਂ ਥੱਲੇ ਆ ਗਿਆ ਜੀ ਏ ਜੋ ਟਰੈਕਸ਼ਨ ਏ ਵਾਲਾ ਇਹਦੀ ਜਾਨੀ ਕਿ ਪਰਫਾਰਮੈਂਸ ਵਧੀਆ ਤੇ ਜੇ ਤੁਸੀਂ ਬੀ ਵਾਲਾ ਪਾਉਂਦੇ ਹੋ ਜੇ ਤੁਸੀਂ ਇਹ ਬੀ ਵਾਲਾ ਪਾਉਂਦੇ ਹੋ ਟਰੈਕਸ਼ਨ ਬੀ ਵਾਲਾ ਤੇ ਉਹ ਮਤਲਬ ਕਿ ਤੁਹਾਨੂੰ ਲੱਕ ਵਾਲੀ ਸ਼ੜਕ ਦੇ ਉੱਪਰ ਇੰਨੀ ਵਧੀਆ ਉਹਨੇ ਪਰਫਾਰਮੈਂਸ ਨਹੀਂ ਦੇਣੀ ਜੀ ਇਸ ਤੋਂ ਬਾਅਦ ਆਉਂਦਾ ਜੀ ਟੈਂਪਰੇਚਰ ਟੈਂਪਰੇਚਰ ਜਿਵੇਂ ਆਪਾਂ ਇਹਦੇ ਤੇ ਤੁਸੀਂ ਦੇਖਿਆ ਕਿ ਲਿਖਿਆ ਏ ਇਹ ਵੀ ABC D ਦੇ ਵਿੱਚ ਆਉਂਦਾ ਅਲੱਗ-ਅਲੱਗ ਤਰ੍ਹਾਂ ਦੇ ਵਿੱਚ ਤਿੰਨ ਇਹਦੇ ਵਿੱਚ ਵੀ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਗਏ ਕੋਡ ਵੇਖ ਸਕਦੇ ਹੋ ਕਿਉਂਕਿ ਹਰ ਇੱਕ ਚੀਜ਼ ਦਾ ਚਾਰਟ ਬਣਿਆ ਹੋਇਆ ਇੱਥੇ ਸਿਰਫ ਕੋਡ ਲਿਖੇ ਹੁੰਦੇ ਉਸ ਤੋਂ ਬਾਅਦ ਮਲਾਉਣਾ ਆਪਾਂ ਹੁੰਦਾ ਉਹ ਜਿਹੜਾ ਟੈਂਪਰੇਚਰ ਆ ਇਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਕਿੰਨੀ ਮੈਕਸਿਮਮ ਸਪੀਡ ਤੇ ਗੱਡੀ ਨੂੰ ਲਿਜਾ ਰਹੇ ਹੋ ਜਿਹੜਾ ਇਹ ਟੈਂਪਰੇਚਰ ਕਿੰਨਾ ਮੇਨਟੇਨ ਕਰ ਰੱਖਦਾ ਜਾਨੀ ਕਿ ਜਿਹੜਾ ਇਹ ਟੈਂਪਰੇਚਰ ਆ ਇਹ ਇੱਕ ਰਜਿਸਟੈਂਸ ਆ ਇਹ ਦਰਸਾਉਂਦਾ ਵੀ ਮੰਨ ਕੇ ਚੱਲੋ ਵੀ ਗੱਡੀ ਆਪਣੀ ਆਪਣੇ ਕੋਡ ਹੈਗਾ A ਮੈਂ ਉਦਾਹਰਣ ਦੇ ਤੌਰ ਤੇ ਤੁਹਾਨੂੰ ਦੱਸ ਰਿਹਾ ਵੀ ਕੋਡ ਆਪਣੇ A ਲੱਗਾ ਟੈਂਪਰੇਚਰ ਦਾ ਤੇ ਜਿਹੜਾ ਇਹ ਕੋਡ ਆ ਇਹਨੂੰ ਜੇ ਤੁਸੀਂ 150 ਕਿਲੋਮੀਟਰ ਦੀ ਸਪੀਡ ਤੇ ਜਦੋਂ ਇਹ ਜਾਊਗਾ ਉਸ ਤੋਂ ਬਾਅਦ ਇਹ ਟਾਇਰ ਤੁਹਾਡਾ ਜ਼ਿਆਦਾ ਗਰਮ ਹੋਣ ਲੱਗ ਪਊਗਾ। ਇਸ ਤੋਂ ਬਾਅਦ ਇਹਦੇ ਵਿੱਚ ਇੱਕ ਤਰੀਕ ਹੁੰਦੀ ਆ ਜੀ ਆਪਾਂ ਨੂੰ ਜਿਵੇਂ ਕਿ ਇੱਥੇ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਆ ਆ ਵਾਲੀ ਤਰੀਕ ਆ ਜੀ। ਠੀਕ ਆ ਜੀ। 46 17 ਤਰੀਕ ਆ। ਕਿ ਕਿਸ ਤਰੀਕ ਨੂੰ ਇਹ ਟਾਇਰ ਬਣਿਆ। ਨਾ ਤਾਂ 46 ਤਰੀਕ ਹੋ ਸਕਦੀ ਐ ਨਾ ਇਹ ਹੋ ਸਕਦਾ ਵੀ 4 6 17 ਇਹ ਵੀ ਨਹੀਂ ਆਪਾਂ ਮੰਨ ਸਕਦੇ। ਇੱਕ ਸਾਲ ਦੇ ਵਿੱਚ 52 ਹਫ਼ਤੇ ਹੁੰਦੇ ਆ ਤੇ ਇਹ ਜੋ ਇੱਕ ਸਾਲ ਦਾ 46ਵਾਂ ਹਫ਼ਤਾ ਤੇ 2017 ਦੇ ਵਿੱਚ ਇਹ ਬਣਿਆ ਹੋਇਆ ਟਾਇਰ ਆ ਜੀ ਇਸ ਦੇ ਮੇਨ ਮੇਨ ਆਪਾਂ ਕੋਡ ਤੁਹਾਨੂੰ ਸਾਂਝੇ ਕੀਤੇ ਆ ਤੇ ਇਸ ਤੋਂ ਇਲਾਵਾ ਹੋ ਗਿਆ ਕੰਪਨੀ ਦੇ ਜੋ ਆਪਦੇ ਸੀਰੀਅਲ ਨੰਬਰ ਵਗੈਰਾ ਇਹਦੇ ਉੱਪਰ ਜੋ ਗਾਰੰਟੀ ਵਾਰੰਟੀ ਦੇ ਲਈ ਦਿੱਤੇ ਜਾਂਦੇ ਆ ਜੀ ਹੁਣ ਆਜੂ ਆਪਾਂ ਗੱਲ ਕਰਦੇ ਆ ਗੱਡੀਆਂ ਦੀ ਗੱਡੀਆਂ ਦਾ ਵੀ ਬਹੁਤ ਮਹੱਤਵ ਆ ਜੀ ਇਹਦੇ ਵਿੱਚ ਜਿਵੇਂ ਤੁਸੀਂ ਆ ਗੱਡੀ ਵੇਖ ਰਹੇ ਹੋ ਜੀ ਠੀਕ ਆ ਜੀ ਜਦੋਂ ਮੈਂ ਟਾਇਰ ਪਵਾਏ ਸੀ ਪਹਿਲਾਂ ਇਸ ਦੇ ਉੱਪਰ ਆਵਾਜ਼ ਕਾਫੀ ਸੀ ਐਸ ਟਾਇਰਾਂ ਦੇ ਉੱਪਰ ਇੱਕ ਤਾਂ ਟਾਇਰ ਘਸੇ ਸੀਗੇ ਤੇ ਇੱਕ ਮਤਲਬ ਕਿ ਜਾਂ ਗੱਡੀ ਦਾ ਵੀ ਆਪਾਂ ਕਹਿ ਸਕਦੇ ਫਰਕ ਆ ਜਾਂ ਰਬੜ ਦਾ ਵੀ ਫਰਕ ਹੁੰਦਾ ਕਾਫੀ ਚੀਜ਼ਾਂ ਡਿਪੈਂਡ ਕਰਦੀਆਂ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਮੇਰੀ ਗੱਡੀ ਦੀ ਆਵਾਜ਼ ਬਹੁਤ ਆਉਂਦੀ ਆ ਉਹ ਕਹਿੰਦੇ ਫਿਰ ਆਹ ਵਾਲੇ ਟਾਇਰ ਪਵਾਓ ਠੀਕ ਆ ਜੀ ਇਹ ਵੈਸੇ ਉਹਨਾਂ ਨੇ ਤੁਹਾਨੂੰ ਦੱਸਿਆ ਬਾਅਦ ਦੇ ਵਿੱਚ ਜਦੋਂ ਮੈਂ ਸਰਚ ਕੀਤਾ ਉਦੋਂ ਮੈਨੂੰ ਪਤਾ ਲੱਗਾ ਇਸ ਗੱਡੀ ਦਾ ਤੇ ਇਸ ਗੱਡੀ ਦਾ ਮੈਂ ਤੁਹਾਨੂੰ ਫਰਕ ਦਿਖਾਉਣਾ ਚਾਹਣਾ ਇਸ ਗੱਡੀ ਦੇ ਵਿੱਚ ਜਿਹੜੀਆਂ ਪਾਸੇ ਵਾਲੀਆਂ ਦੋਨੋਂ ਗੱਡੀਆਂ ਉਹ ਸੇਮ ਆ ਆ ਵਾਲੀਆਂ ਜੋ ਲੈਣਾ ਹਨ ਪਰ ਇਹਦੇ ਵਿੱਚ ਆ ਚੀਜ਼ ਐ ਥੋੜੀ ਡੂੰਗੀ ਆ ਜੀ ਵਿਚਾਲੇ ਵਾਲੀ ਕਿਉਂਕਿ ਜਿਹੜੇ ਸਿੱਧਾਂ ਇਹ ਜਦੋਂ ਸੜਕ ਤੇ ਜਾਂਦੀ ਆ ਜਦੋਂ ਇਹ ਜਿਵੇਂ ਕਿ ਕੱਟ ਪਏ ਹੋਏ ਐ ਡਿਵਾਈਡ ਕੀਤੇ ਹੋਏ ਐ ਛੋਟੇ ਛੋਟੇ ਤੁਸੀਂ ਵੇਖੋ ਯਾਨੀ ਕਿ ਜਦੋਂ ਗੱਡੀ ਇੱਥੇ ਚੱਲਦੀ ਆ ਸ਼ੜਕ ਤੇ ਸ਼ੜਕ ਦੇ ਉੱਪਰ ਚੱਲਦੀ ਆ ਸਪੀਡ ਤੇ ਉਦੋਂ ਜਿਹੜੀ ਟਾਇਰਾਂ ਦੀ ਆਵਾਜ਼ ਹੁੰਦੀ ਆ ਉਦੋਂ ਆ ਗੱਡੀਆਂ ਇਹਨੂੰ ਕੱਟ ਕਰਦੀਆਂ ਜੀ ਇਹਦਾ ਆ ਕੰਮ ਹੁੰਦਾ ਜੀ ਕਿਉਂਕਿ ਆ ਗੱਡੀਆਂ ਤੁਸੀਂ ਵੇਖੋ ਕਿ ਵੱਡੀਆਂ ਹੀ ਰਹਿਗੀਆਂ ਸੀ ਘਸ ਚੁੱਕੀਆਂ ਸੀ ਜੀਦੇ ਕਰਕੇ ਇਸ ਨਾਲ ਟਾਇਰਾਂ ਦੀ ਆਵਾਜ਼ ਜ਼ਿਆਦਾ ਆਉਂਦੀ ਸੀ ਲੇਕਿਨ ਇਹਦੇ ਵਿੱਚ ਨਵੇਂ ਕਰਕੇ ਤੇ ਖਾਸ ਕਰਕੇ ਗੱਡੀ ਦਾ ਡੇ ਐਨ ਵੀ ਇਸ ਹਿਸਾਬ ਦਾ ਕਿ ਇਹਦੇ ਨਾਲ ਜੋ ਦੋਨੇ ਪਾਸੇ ਟਾਇਰਾਂ ਦੀ ਆਵਾਜ਼ ਆ ਉਹ ਘਟ ਆਉਂਦੀ ਹੈ ਜੀ ਇਹ ਸਾਈਡ ਵਾਲੀਆਂ ਗੱਡੀਆਂ ਦਾ ਕੰਮ ਇਹ ਹੁੰਦਾ ਉਸ ਤੋਂ ਅੱਗੇ ਹੈ ਜੀ ਹੁਣ ਜਿਹੜੀਆਂ ਆਹ ਵਾਲੀਆਂ ਦੋ ਗੱਡੀਆਂ ਇਹਨਾਂ ਦਾ ਵੀ ਬਹੁਤ ਮਹੱਤਵ ਆ ਤੁਸੀਂ ਪਾਣੀ ਵਾਲੇ ਸੜਕ ਤੇ ਜਾਂਦੇ ਕਿਉਂਕਿ ਅਕਸਰ ਜਦੋਂ ਆਪਾਂ ਰੋਡ ਤੇ ਜਾਂਦੇ ਮੀਂਹ ਪੈਂਦਾ ਉਦੋਂ ਫਿਰ ਕੀ ਆ ਕੇ ਪਾਣੀ ਨੂੰ ਇਹ ਚੀਲ ਦਿੰਗਾ ਜੀ ਆਵਲੀ ਗੁੱਡੀ ਇਹ ਡਿਵਾਈਡ ਕੀਤੇ ਹੋਏ ਆ ਇਹ ਪਾਣੀ ਨੂੰ چیر ਕੇ ਸੜਕ ਦੇ ਉੱਪਰ ਪਕੜ ਬਣਾਉਂਦੀਆਂ ਜੀ ਆਵਲੀਆਂ ਗੁੱਡੀਆਂ ਤੇ ਜਿਹੜੀ ਇਹ ਸੈਂਟਰ ਦੇ ਵਿੱਚ ਗੁੱਡੀ ਆ ਇਹਦੇ ਨਾਲ ਇਹ ਸਟੈਬਿਲਟੀ ਜਾਨੀ ਕਿ ਇਸ ਗੁੱਡੀ ਦੇ ਨਾਲ ਜ਼ਿਆਦਾ ਹੁੰਦੀ ਹੈ ਜੀ ਇਹ ਗੁੱਡੀ ਦਾ ਵੀ ਬਹੁਤ ਖਾਸ ਮਹੱਤਵ ਆ ਤੇ ਹਰ ਕੰਪਨੀ ਦੀ ਆਪਣੀ ਆਪੋ ਆਪਣੀ ਗੁੱਡੀ ਆ ਜੀ ਵੀਡੀਓ ਕਾਫੀ ਲੰਬੀ ਹੋ ਗਈ ਹੈ ਜੀ ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿੰਨੀਆਂ ਗੱਲਾਂ ਦੀ ਮੈਂ ਸਰਚ ਕੀਤੀ ਸੀ ਉਹ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ ਜੀ ਕੰਪਨੀ ਕੋਈ ਵੀ ਹੋ ਸਕਦੀ ਹੈ ਟਾਇਰਾਂ ਦੀ ਪਰ ਜਿਹੜੀਆਂ ਇਹ ਜਿਹੜੇ ਕੋਡ ਆ ਉਹ ਇੰਟਰਨੈਸ਼ਨਲ ਹੁੰਦੇ ਆ ਦੁਨੀਆ ਦੇ ਵਿੱਚ ਤੁਸੀਂ ਕਿਤੇ ਮਰਜ਼ੀ ਚਲੇ ਜਾਓ ਤੁਹਾਨੂੰ ਇਹ ਕੋਡ ਹੀ ਵੇਖਣ ਨੂੰ ਮਿਲਣਗੇ ਜੀ ਅੱਜ ਦੀ ਆਪਣੀ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਲਾਜ਼ਮੀ ਕਰ ਦਿਓ ਜੀ ਜੇ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਪਹਿਲੀ ਵਾਰੀ ਆਇਓ ਤਾਂ ਇਸ ਨੂੰ ਫੋਲੋ ਕਰ ਲਓ YouTube ਤੇ ਪਹਿਲੀ ਵਾਰੀ ਆਇਓ ਤਾਂ ਇਸ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਓ ਜੀ ਆਪਾਂ ਇਹੋ ਜਿਹੀਆਂ ਜਾਣਕਾਰੀ ਵਾਲੀਆਂ ਵੀਡੀਓ ਹੀ ਲੈ ਕੇ ਆਉਂਦੇ ਆਂ ਜੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ